जनाब, अज तुहाडे वास्ते मैं जिहड़ा टिंबू बेग साहब का जिहड़ा हैगा वह बगीचे का फुल जे उहदा अज तुहानूं बच्चा विखाउण लग्गिआ कि उहदा बच्चा 6-7 दिन का इन्ने कदा है बी अली जी 6-7 दिन का जी बच्चा है वह जरा तुहानूं विखाउण लग्गिआ भाई मैनूं नां नूं भुल जांदा मेरी गल सुन मेरी गल का बुरा ना मनाया जे मैनू विचों चीज़ां कुछ भुल जांदियां ने अली नूं मैं नदीम कर दिंदा नदीम नूं अली कर दिंदा टिंबो नूं टिंगो कह दिंदा तुहाडी मेहरबानी जरा इगनोर करिआ जे ते चलो जी तुहानूं विखाउणा टिंबो दा बच्चा आओ मेरे नाल ते दुआ करिआ जे कोई बखी बुखी ना उहदी माँ पै जाए जिवें कहिंदे ने ना उह कुत्ती सूई होवे ना ते उहदे नेड़े जाए ते उह पै जांदी पता नहीं मेरे चक्कण आ गई चक्कण आ गया बाबा ते लओ जी टिंबो तो तुहानूं विखाउणे आ ते माशाला घोड़ा दुद्ध पीता पिआ जी अंदर लो जनाब इत्थे भावें पराली दे उत्ते डिग पवां लो जी टिंबो दा बच्चा जे 6-7 दिन दा बच्चा जे माशाला कमाल बच्चा जे लो जी लो जनाब कमाल बच्चा जे ओ हो 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 लो जी चेक करो जी जनाब लो जी टिंबो दा बच्चा चेक करो जी ते अली भाई हुण टिंबो दे बच्चे कोले गए जे इहदी उम्र जे जी कुछ 6-7 दिन दी ते 6-7 दिन दा बच्चा माशाला तुसीं वेखो किड्डा प्यारा बच्चा है ते टिंबो दा बच्चा है ते शैतान दी टूटी जे भी मैनूं लगदा इह भी वड्डा हो के इहने भी बखी पैणा है इह वेखो क्या बात है आ जा भी मेरा नाम है बाबा नवाज ते तेरी वीडियो वास्ते बनाउण वास्ते मैं आया एडियां दूरियां ना मेरे तों पा ते मेरे कोल सजना आ इधर आ भाई लो जी माशाला बहुत प्यारा बच्चा है जी अच्छा अली भाई इहदी किन्नी उम्र है बच्चे दी हफ्ते दा पूरे दा जी हफ्ते ठीक है ते माशाला जी हफ्ते दा बच्चा है ते तुसीं वेखो माँ दे पिछे लुकदा फिरदा क्योंकि उहदे वास्ते तां सी नवें ही हैं ते भाउ जी इह जिहड़ी घोड़ी है इह कीहड़ी नसल दी है जनाब क्रास है देसन इह देसन क्रास है जी हां ठीक है वलैती यानी क्रास है जी हां ठीक है ਤੇ ਇਹ ਇਹ ਵੀ ਹਰ ਸਾਲ ਬੱਚਾ ਦਿੰਦੀ ਹੈ ਇਹ ਪਹਿਲਣੇ ਪੋਲੋ ਦੀ ਘੋੜੀ ਹੈ ਇਹ ਪੋਲੋ 'ਚ ਖੇਡਦੀ ਰਹੀ ਹੈ ਜੀ ਹਾਂ ਅਤੇ ਇਹ ਪਹਿਲਣ ਘੋੜੀ ਹੈ ਜੀ ਹਾਂ ਠੀਕ ਹੋ ਗਿਆ ਮਾਸ਼ਾਅੱਲਾ ਕੱਦ ਇਹਦਾ ਵੀ ਅੱਛਾ ਹੈਗਾ ਕੱਦ ਅਤੇ ਇਹਦੀ ਵੀ ਕੋਈ ਰੇਸ ਰੂਸ ਕੋਈ ਵੇਖੀ ਹੈ ਕਿ ਜਾਂ ਸਿਰਫ ਪੋਲੋ ਦੇ ਉੱਤੇ ਹੀ ਰਹੀ ਪੋਲੋ ਜੀ ਦੇਸੀ ਘੋੜੇ ਪੋਲੋ ਜੀ ਪੋਲੋ ਅਤੇ ਹੁਣ ਜਿਹੜਾ ਹੈਗਾ ਇਹਦਾ ਬੱਚਾ ਜਿਹੜਾ ਹੈਗਾ ਲਓ ਜੀ ਹੁਣ ਤੁਹਾਨੂੰ ਜਿਹੜਾ ਨਾ ਮੈਂ ਹੌਲੀ ਹੌਲੀ ਜਨਾਬ ਪਿੱਛੋਂ ਦੀ ਜਾ ਕੇ ਮੈਂ ਵਿਖਾਉਣਾ ਤੁਹਾਨੂੰ ਮਾਸ਼ਾਅੱਲਾ ਸੋਹਣਾ ਬੱਚਾ ਜੇ ਅਤੇ ਦੁਆ ਕਰੋ ਮੈਂ ਵਛੇਰੇ ਤੀਕਰ ਪਹੁੰਚ ਜਾਵਾਂ ਸਹੀ ਲਓ ਵੀ ਵਛੇਰਿਆ ਓਏ ਵਛੇਰਿਆ ਇੱਧਰ ਆ ਚਾਚੇ ਦੀ ਗੱਲ ਸੁਣ ਲਓ ਜੀ ਮਾਸ਼ਾਅੱਲਾ ਵੇਖੋ ਮਾਸ਼ਾਅੱਲਾ ਕਿੱਡਾ ਕਮਾਲ ਵਛੇਰਾ ਜਿਹਾ ਨਿੱਕਾ ਜਿਹਾ ਮੈਂ ਤਾਂ ਐਡਾ ਕੁ ਪਹਿਲੀ ਵਾਰੀ ਵੇਖਿਆ ਜੀ ਸਾਲ ਕੁ ਦਾ ਤਾਂ ਬੰਦਾ ਵੇਖ ਲੈਂਦਾ ਇਹ ਇਹਦਾ ਨਾਂ ਕੀ ਹੈ ਇਹਦਾ ਨਾਂ ਨਹੀਂ ਹਲੇ ਰੱਖਿਆ ਟਿੰਬੋ ਲੈ ਬਾਈ ਲਓ ਜੀ ਇਹ ਵੇਖੋ ਜੀ ਪਿੱਛੇ ਲੁਕਿਆ ਖਲਾ ਜੇ ਆਉਂਦੇ ਇਹ ਵੇਖੋ ਕਿੱਡਾ ਸੋਹਣਾ ਵਛੇਰਾ ਜੇ ਹੈਂ ਲਓ ਜੀ ਇਹ ਜੇ ਟਿੰਬੋ ਦਾ ਪੁੱਤਰ ਲਓ ਜੀ ਇਹ ਟਿੰਬੋ ਦਾ ਬੱਚਾ ਜੇ ਜਨਾਬ ਅਤੇ ਮਾਸ਼ਾਅੱਲਾ ਕੈਸਾ ਬੱਚਾ ਲੱਗਿਆ ਹੁਣ ਤੁਸੀਂ ਮੈਨੂੰ ਦੱਸਣਾ ਕਿ ਇਹ ਬੱਚਾ ਕੈਸਾ ਤੁਹਾਨੂੰ ਲੱਗਿਆ ਮੈਂ ਹੁਣ ਇੱਥੇ ਥੱਲੇ ਹੁਣ ਬਹੂ ਹਾਂ ਹਾਏ 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 ਅਤੇ ਲਓ ਜੀ ਦੁੱਧ ਪੀਂਦਾ ਪਿਆ ਜੇ ਬੱਚਾ
ਲਓ ਜੀ ਕੋਸ਼ਿਸ਼ ਕਰਨੇ ਹਾਂ ਅਸੀਂ ਇਹਦੇ ਨੇੜੇ ਜਾਣ ਦੀ। ਲਓ ਜੀ ਮਾਂ ਦਾ ਦੁੱਧ ਪੀ ਰਿਹਾ ਜੀ। ਠੀਕ ਹੈ ਜਨਾਬ, ਅਤੇ ਮਾਸ਼ਾਅੱਲਾ ਬਹੁਤ ਹੀ ਪਿਆਰਾ ਬੱਚਾ ਜੀ। ਲਓ ਜੀ ਇਹ ਤੁਹਾਨੂੰ ਬੱਚਾ ਉਹਨੂੰ ਵਿਖਾਇਆ, ਅਤੇ ਨਾਲ ਜਨਾਬ ਇਹ ਸੀ ਟੀਬੋ ਦਾ ਬੱਚਾ। ਅਤੇ ਹੁਣ ਤੁਹਾਨੂੰ ਨਾਲ ਇੱਕ ਹੋਰ ਸ਼ੇਡ ਹੈਗਾ ਜੇ ਉਹਦੇ 'ਚ ਵਿਖਾਉਣੇ ਆ, ਉੱਥੇ ਵੀ ਘੋੜੀ ਇੱਕ ਸੂਈ ਹੋਈ ਹੈ ਛੋਟੀ ਜਿਹੀ, ਅਤੇ ਇਹ ਦੁੱਧ ਪੀਂਦਾ ਮੈਂ ਤੁਹਾਨੂੰ ਵਿਖਾਉਣਾ ਵੇਖਣ। ਉਹ ਵੇਖੋ ਥੱਲੇ ਥੱਲੇ ਦੁੱਧ ਪੀਂਦਾ ਪਿਆ, ਦਿਸ ਗਿਆ ਜੀ। ਲਓ ਜੀ ਤੁਹਾਨੂੰ ਦੁੱਧ ਪੀਂਦਾ ਵੀ ਬੱਚਾ ਵਿਖਾਤਾ ਕੁੜੀ ਦਾ, ਤੁਸੀਂ ਕੀ ਯਾਦ ਕਰੋਗੇ ਕਿ ਬਾਬੇ ਨੇ ਦੁੱਧ ਕੁੜੀ ਦਾ ਬੱਚਾ ਨਹੀਂ ਵਿਖਾਇਆ। ਲਓ ਜੀ ਦੁੱਧ ਪੀਂਦਾ ਪਿਆ ਜੀ, ਠੀਕ ਹੈ। ਅਤੇ ਚਲੋ ਹੁਣ ਤੁਹਾਨੂੰ ਦੂਜਾ ਬੱਚਾ ਵਿਖਾਉਣਾ ਜੀ। ਚਲੋ ਆਓ ਭਾਅ ਜੀ ਹੁਣ ਦੂਜਾ ਵਿਖਾਓ। ਲੈ ਜਨਾਬ ਇਹ ਇੱਕ ਦੂਜਾ ਸ਼ੇਡ ਹੈਗਾ ਜੀ, ਇਹਦੇ ਵਿੱਚ ਜਿਹੜਾ ਹੈ ਨਾ ਇਹ ਘੋੜੀ ਇੱਕ ਹੋਰ ਸੂਈ ਹੋਈ ਹੈ, ਅਤੇ ਉਹ ਹੁਣ ਤੁਹਾਨੂੰ ਵਿਖਾਉਂਦੇ ਆਓ ਜਰਾ। ਬਿਸਮਿਲ੍ਲਾ ਰਹਿਮਾਨ ਰਹੀਮ। ਲਓ ਜਨਾਬ ਇੱਕ ਹੋਰ ਬੱਚਾ ਖਲੋਤਾ ਹੋਇਆ ਜੇ ਨਿੱਕਾ, ਇਹ ਵੀ ਘੋੜੀ ਉਹ ਮੇਰੇ ਖਿਆਲ 5-6 ਦਿਨ ਦਾ ਇਹ ਵੀ ਸੂਇਆ ਹੈ ਜੀ। ਇਹ 9 ਦਿਨ ਦਾ, ਇਹ 9 ਦਿਨ ਦਾ ਜੀ। ਮਾਸ਼ਾਅੱਲਾ ਜੀ ਦੇਖੋ ਫੜ ਲਓ ਉਹਦੇ ਜਿਹੜਾ ਹੈ ਨਾ ਇਹ ਵੇਖੋ ਮੱਥੇ ਦੇ ਵਿੱਚ ਕਿੱਡਾ ਤਾਰਾ ਬਣਿਆ ਹੋਇਆ ਜੀ ਸਫੇਦ ਰੰਗ ਦਾ। ਕੋਈ ਨੀ ਆ ਜਾਏਗਾ ਆ ਜਾਏਗਾ। ਲਓ ਜੀ ਮਾਸ਼ਾਅੱਲਾ। ਅੱਛਾ ਜੀ ਇਹਦਾ ਪਿਓ ਕੌਣ ਹੈ ਜੀ ਬੱਚੇ ਦਾ? ਫੈਸਲਾਬਾਦ ਜੀ। ਫੈਸਲਾਬਾਦ ਚੋਂ ਕ੍ਰਾਸ ਕਰਾਈ ਜੀ? ਇੰਗਲਿਸ਼ ਗੋਲੀ ਆਪਣੇ ਘੋੜੀ ਦਿਖਾਏ ਨੇ ਦੋ ਬੱਚੇ ਦਿੱਤੇ ਨੇ ਉਹਦੀ ਭੈਣ ਹੈ। ਉਹਦੀ ਭੈਣ ਲਓ ਜੀ ਜਿਹਨੇ ਦੋ ਬੱਚੇ ਦਿੱਤੇ ਨਾ ਜੀ ਉਹਦੀ ਭੈਣ ਹੈ ਜੀ। ਲਓ ਜੀ ਆਪਾਂ ਠੀਕ ਹੈ ਜੀ। ਲਓ ਜਨਾਬ ਇੱਕ ਹੋਰ ਬੜੀ ਅੱਛੀ ਗੱਲ ਜੇ ਜਿਹੜੀ ਤੁਹਾਨੂੰ ਘੋੜੀ ਪਹਿਲੇ ਵਿਖਾਈ ਹੈ ਉਹ ਬੱਚੇ ਸਮੈਤ ਸੇਲ ਕਰਨੇ, ਠੀਕ ਹੈ, ਅਤੇ ਉਹਦੀ ਜ਼ਰਾ ਕੀਮਤ ਆਪਾਂ ਪੁੱਛਦੇ ਹਾਂ ਕਿ ਬੱਚੇ ਸਮੈਤ ਇਹਦੀ ਕੀਮਤ ਕਿੰਨੀ ਹੈ। ਆਓ ਮੇਰੇ ਨਾਲ ਆਪਾਂ ਪੁੱਛਦੇ ਹਾਂ ਕਿ ਇਹਦੀ ਕੀਮਤ ਕਿੰਨੀ ਹੈ। ਆਉਣ ਰੱਖੀ ਬਾਜੀ, ਆਉਣ ਰੱਖੀ ਪੁੱਛਦੇ ਹਾਂ। ਟਿੰਬੋ ਦਾ ਜਿਹੜਾ ਪੁੱਤਰ ਬੱਚਾ ਜਿਹੜਾ ਟਿੰਬੋ ਦਾ ਘੋੜੀ ਅਤੇ ਟਿੰਬੋ ਦਾ ਬੱਚਾ ਫੋਰ ਸੇਲ ਜੀ, ਅਤੇ ਇਹਦੀ ਕੀ ਕੀਮਤ ਜੇ ਇਹ ਵੀ ਅਸੀਂ ਤੁਹਾਨੂੰ ਪੁੱਛਦੇ ਹਾਂ ਕਿ ਇਹਦੀ ਕੀ ਡਿਮਾਂਡ ਕੀ ਹੈ, ਮਾਲਕ ਕੀ ਕਹਿੰਦੇ ਨੇ ਇਸ ਬਾਰੇ 'ਚ। ਅਗਰ ਤੁਸੀਂ ਖੁਆਇਸ਼ ਮੰਨ ਜੇ ਲੈਣ ਦੇ ਬੱਚਾ ਅਤੇ ਘੋੜੀ ਅਤੇ ਤੁਸੀਂ ਕਾਲ ਕਰ ਸਕਦੇ ਜੇ, ਅਤੇ ਆਪਾਂ ਪੁੱਛਦੇ ਹਾਂ ਜਨਾਬ ਕਿ ਇਹਦਾ ਕੀ ਡਿਮਾਂਡ ਹੈ। ਅਤੇ ਇਹ ਬੱਚਾ ਜੇ ਟਿੰਬੋ ਦਾ ਇਹਦਾ ਪਿਓ ਜੇ ਟਿੰਬੋ ਇਸ ਮਿੰਟ ਦਾ ਜਨਾਬ ਇਹ ਓਕੇ ਇੱਕ ਮਿੰਟ ਹੈ।